ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋ ਮਾਟੀ ਕਾ ਕੇ ਤੂੰ ਪ੍ਰਸਮੀ ਸਾਗਰ ਨੀਰ ਪਰਿਆ ਪਿਤਾ ਸਮੁੰਦ ਸਾਗਰ ਨੀਰ ਪਰਿਆ ਪੇਪੇ ਗੁਣ ਕਰੋ ਕਿਸ ਮੇਰੇ ਪਾਰ ਸਭ ਬਹੁ ਪਤਨੀ ਦਇਆ ਕਰੋ ਪੀਰ ਜਗਤ ਗੁਰੂ ਬਾਬਾ ਜਾਹਰ ਪੀਰ ਜਗਤ ਗੁਰੂ ਬਾਬਾ ਪੀਰ ਜਗਤ ਗੁਰੂ ਬਾਬਾ ਜਾਹਰ ਪੀਰ ਜਗਤ ਗੁਰੂ ਬਾਬਾ ਪੀਰ ਜਗਤ ਗੁਰੂ ਬਾਬਾ ਜਾਹਰ ਪੀਰ ਜਗਤ ਗੁਰੂ ਬਾਬਾ ਪੀਰ ਜਗਤ ਗੁਰੂ ਬਾਬਾ ਜਾਹਰ ਸਾਡੇ ਨਾਲ ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਰਜੇਸ਼ ਚੌਧਰੀ ਜੀ ਨੇ ਸਮਾਜ ਸੇਵੀ ਨੇ ਉਹਨਾਂ ਨਾਲ ਵੀ ਗੱਲ ਕਰਨੀ ਸਮੁੱਚੀ ਲਕਾਈ ਨੂੰ ਵਿਸ਼ਵ ਭਰ ਨਜ਼ਰ ਆ ਰਹੀਆਂ ਸਤਿਗੁਰੂ ਸ੍ਰੀ ਗੁਰੂ ਨਾਨਕ
ਸਾਹਿਬ ਜੀ ਦੇ ਪੁੱਗਾਂ 'ਚ ਚੜ੍ਹਦੀਆਂ ਲੱਖ ਲੱਖ ਵਧਾਈਆਂ ਅੱਜ ਗੁਰੂ ਘਰ ਸਾਹਿਬ ਦੀ ਪਾਵਨ ਧਰਤੀ ਤੋਂ ਨਗਰ ਕੀਰਤਨ ਪੰਜਾਬੀਆਂ ਦੀ ਗਵਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਜਿਆ ਹੋਇਆ ਜਿਹੜਾ ਪਿੰਡਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। ਮੈਂ ਸੁੱਚੀਆਂ ਗੁਰੂ ਨਾਨਕ ਲਾਵਲੇ ਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁੱਗਾਂ 'ਚ ਚੜ੍ਹਨ ਜਿੱਥੇ ਲੱਖ ਲੱਖ ਵਧਾਈ ਦੇਣਾ ਉੱਥੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਸ ਸੰਸਾਰ ਵਿੱਚ ਆਉਣਾ ਕੀਤਾ ਸੋਹਣੀ ਪੁਕਾਰ ਕਰਤਾਰ ਪ੍ਰਭ ਜਗ ਮੈਂ ਉਠਾਇਆ ਜਦੋਂ ਇਸ ਸੰਸਾਰ ਦੇ ਉੱਤੇ ਰਾਜੇ ਪਾਪ ਨਾਮ ਦੇ ਉਲਟੀ ਮਾਰ ਕੇ ਉਠਾਈ ਜਾਂ ਸਵੇਰੇ ਜ਼ੁਲਮ ਦੀ ਇੰਤਹਾ ਹੋ ਚੁੱਕੀ ਸੀ ਉਸ ਵੇਲੇ ਲੋਕਾਈ ਨੇ ਅਰਦਾਸ ਕੀਤੀ ਪਰਮ ਪਿਤਾ ਪਰਮਾਤਮਾ ਦੇ ਅੱਗੇ ਸੋਹਣੀ ਪੁਕਾਰ ਕਰਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਉਠਾਇਆ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਜ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ ਮਾਤਾ ਕੋਈ ਸੇਵਾ ਗੁਸਈਆ ਕੋਈ ਅਲਾਏ ਇਸ ਸੰਸਾਰ ਦੇ ਵਿੱਚ ਸਾਰੇ ਧਰਮਾਂ ਨੂੰ ਮੁਬਾਰਕ ਹਰ ਕੋਈ ਆਪਣੇ ਆਪਣੇ ਦੇ ਵਿੱਚ ਢੰਗ ਤਰੀਕੇ ਨਾਲ ਪਰਮਾਤਮਾ ਦੀ ਬੰਦਗੀ ਕਰ ਸਕਦਾ ਇਸ ਦਾ ਵੀ ਉਹਨਾਂ ਨੇ ਦੂਜਾ ਜ਼ਿਕਰ ਕੀਤਾ ਕਿ ਇਸ ਸੰਸਾਰ ਦੇ ਸਾਰੇ ਮਨੁੱਖ ਅਸੀਂ ਇੱਕੋ ਹੀ ਪਰਮਾਤਮਾ ਦੇ ਜਾਏ ਹੋਏ ਹੈ ਹਮ ਆਦਮੀ ਹਾਂ ਇੱਕ ਦਮੀ ਮੋਹਰਤ ਮੋਹਤ ਨਾ ਜਾਣਾ ਨਾਨਕ ਦਿਲ ਮੈਂ ਕਿਸੇ ਸਰੇਵੋ ਜਾਣ ਕੇ ਜੀ ਪੁਰਾਣਾ ਨਾਨਕ ਸਾਹਿਬ ਦੇ ਚਰਨ ਦਾਸੀਆਂ ਕਰਕੇ ਵੱਖ ਵੱਖ ਧਰਮਾਂ ਦੇ ਰਹਿਬਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਔਰ ਉਹਨਾਂ ਨੂੰ ਰੱਬੀ ਗਿਆਨ ਬਖਸ਼ਿਸ਼ ਕੀਤਾ ਇਸ ਦੇ ਨਾਲ ਮੋਤੀ ਪਰਮੇਸ਼ਰ ਦਾ ਥਾਂ ਸ਼ਬਦ ਗੁਰੂ ਦੀ ਉਹਨਾਂ ਨੇ ਪ੍ਰਗਟ ਕਰਕੇ ਉਸ ਨੂੰ ਮੋਤੀ ਪਰਮੇਸ਼ਰ ਦਾ ਨਾਮ ਦੇ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਨੰਦੇੜ ਦੀ ਪਾਵਨ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦਾ ਗੱਦੀ ਦੇ ਕਰਕੇ ਆਹ ਜੁਗਾਂ ਤੱਕ ਉਸ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਆ ਗਿਆ ਭਈ ਅਕਾਲ ਕੀਤਾ ਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਇੱਕ ਵਾਰ ਫਿਰ ਸਮੁੱਚੀ ਲੋਕਾਈ ਨੂੰ ਇੱਥੋਂ ਦੀਆਂ ਸੰਗਤਾਂ ਵੱਲੋਂ ਇੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਦੈਨਿਕ ਸਵੇਰਾ ਵੱਲੋਂ ਲੱਖ ਲੱਖ ਵਧਾਈਆਂ। ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਕੀ ਸੁਨੇਹਾ ਦੇਣਾ ਚਾਹੁੰਦੇ? ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਬਾਬੇ ਨਾਨਕ ਦੇ ਜਿਹੜੇ ਉਹਨਾਂ ਨੇ ਸਾਨੂੰ ਵੰਡਾ ਦਿੱਤਾ ਹੈ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਚੱਲੋ। ਸਾਨੂੰ ਸਾਰੀ ਸਿੱਖ ਕੌਮ ਨੂੰ ਇੱਕਜੁੱਟ ਹੋ ਕੇ ਸਾਨੂੰ ਬਾਬੇ ਦੀਆਂ ਜਿਹੜੀਆਂ ਸਾਨੂੰ ਉਹਨਾਂ ਨੇ ਵੰਡਾ ਦਿੱਤਾ ਸਾਨੂੰ ਉਹਦੇ 'ਤੇ ਕਿਨ ਦਿਨ ਉਹਨਾਂ ਦੀ ਪਾਲਣਾ ਕਰੋ। ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੈਨਿਕ ਸਵੇਰਾ ਦੇ ਦੇਸ਼ ਵਿਦੇਸ਼ ਵਾਸਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸੋ 15 ਤਰੀਕ ਨੂੰ ਵੱਡੇ ਪੱਧਰ 'ਤੇ ਹਰ ਇਤਿਹਾਸਿਕ ਗੁਰਦੁਆਰਾ ਗੁਰੂ ਘਰਾਂ ਦੇ ਵਿੱਚ ਸਿੰਘ ਸਭਾ ਗੁਰਦੁਆਰਿਆਂ ਦੇ ਵਿੱਚ ਪਹਿਲੀ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਸ਼ਰਧਾ ਚਾਅ ਨਾਲ ਮਨਾਇਆ ਜਾ ਰਿਹਾ ਹੈ। ਉਸ ਦੇ ਸੰਬੰਧ ਦੇ ਵਿੱਚ ਵੱਖ ਵੱਖ ਨਗਰ ਕੀਰਤਨ ਪ੍ਰਭਾਤੇ ਦੀਆਂ ਸਜਾਈਆਂ ਗਈਆਂ, ਜਿਸ ਦੇ ਸੰਬੰਧ ਦੇ ਵਿੱਚ ਨਕਲ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਭਾਰਤ ਸਾਹਿਬ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਸੱਚ ਕੇ ਨਗਰ ਤੋਂ ਹੁੰਦਾ ਹੋਇਆ ਪਰਵਾੜੇ ਪਿੰਡ ਵਿਖੇ ਜਾ ਕੇ ਸੰਪੰਨ ਹੋਏਗਾ। ਸੋ ਕੈਮਰਾਮੈਨ ਮਨੋਜ
ਕੁਮਾਰ ਦੇ ਨਾਲ ਸੁਪਿੰਦਰ ਜੀ ਦੈਨਿਕ ਸਵੇਰਾ ਟੀਵੀ ਨੰਗਲ ਡੈਮ।